ni teri wadi. ਇੱਕ ਚੋ ਆਈ ਕਿੰਨੇ ਮਿੰਟਾਂ ਚ ਹੋ ਜਾਂਦੀ ਹੈ ਤਕਰੀਬਨ ਟੋਟਲ 55 ਛੱਡਣ ਸਾਰਾ ਜਿਹੜਾ ਟੋਟਲ ਪ੍ਰੋਸੈਸ ਦਾ 10 ਮਿੰਟ ਹੁੰਦਾ ਹੁੰਦਾ ਬਾਅਦ 10-15 ਮਿੰਟ ਕਹਿਮਤ ਭਾਈ ਹੈ ਮੱਝਾਂ ਜਿਹੜੀਆਂ ਨੇ ਤਕਰੀਬਨ ਐਵਰੇਜ ਕਿੰਨਾ ਕਿੰਨਾ ਦੁੱਧ ਦੇ ਛੱਡਦੀਆਂ ਮੱਝ ਹਰ ਮੱਝ ਦਾ ਆਪਣਾ ਆਪਣਾ ਜਿਹੜਾ ਸਿਸਟਮ ਹੁੰਦਾ ਨਿਜ਼ਾਮ ਹੁੰਦਾ ਹਾਂਜੀ ਕੁਝ ਬਿਹਤਰ ਕੁਆਲਿਟੀ ਦੀਆਂ ਮਈਆਂ ਹੁੰਦੀਆਂ ਨੇ ਉਹ ਜਨਾਬ 12-13 ਗੜਦੀਆਂ ਵੀ ਦੁੱਧ ਦੇਖਦੀਆਂ ਅਤੇ ਜਿਹੜੀਆਂ ਥੋੜ੍ਹੀ ਲੋਅ ਹੁੰਦੀਆਂ ਨੇ ਉਹ 8-10 ਲੇਕਿਨ ਇਹ ਸਾਡੀ ਮਈ ਜਿਹੜੀ ਲਾ ਹੈ ਕਿਤੇ 12 ਤੋਂ ਜ਼ਿਆਦਾ ਕਰਦੀ ਹੈ ਠੀਕ ਹੈ ਇਹ ਅਸੀਂ 2 ਥਣ ਵੀ ਹਜੇ ਤੱਕ ਨਹੀਂ ਚੋਏ ਅਤੇ ਲਾਹਿਆ ਕਿ ਅਸੀਂ 2-2.5 ਕਿਲੋ ਦੁੱਧ ਚੋ ਚੁੱਕੇ ਅਤੇ ਮਈ ਵੇਖ ਲਓ ਉਸੇ ਮਾਸ਼ਾਅੱਲਾ ਪੱਛਮੀ ਦੀ ਅਤੇ ਬਾਲਟੀ ਤੁਹਾਡੇ ਸਾਹਮਣੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਵਿੱਚ ਹੀ ਤੁਹਾਨੂੰ ਪੂਰੀ ਬਾਲਟੀ ਇਨਸ਼ਾਅੱਲਾ ਸਾਹਮਣੇ ਜਨਾਬ ਵਿਖਾ ਰਹੇ ਹਾਂ ਭਰ ਕੇ ਔਰ ਬਿਲਕੁਲ ਸਾਊ ਮੱਝ ਜਨਾਬ ਕੈਮਰਾਮੈਨ ਸਾਹਿਬ ਵੀ ਆ ਕੇ ਚੋ ਸਕਦੇ ਕੋਈ ਵੰਗਾ ਨਹੀਂ ਜੇ ਕੋਈ ਪਰੇਸ਼ਾਨੀ ਨਹੀਂ ਜੇ ਕਿੰਨੇ ਕਿਲੋ ਦੀ ਹੈ ਬਾਲਟੀ ਬਾਲਟੀ ਤਕਰੀਬਨ 6 ਤੋਂ ਜ਼ਿਆਦਾ ਦੀ ਮੱਝ ਕਿੰਨਵੇਂ ਸੂਬੇ ਆ ਮੱਝ ਤਕਰੀਬਨ 30 ਨੇ ਇੱਕ ਘੰਟੇ 'ਚ ਕਿੰਨੀਆਂ ਚੁਆਈਆਂ ਕਰ ਛੱਡਦੇ ਆ ਇੱਕ ਘੰਟੇ 'ਚ ਤਕਰੀਬਨ 6 ਤੋਂ ਜ਼ਿਆਦਾ ਹੋ ਜਾਂਦੀ ਅੱਜ ਮਾਸ਼ਾਅੱਲਾ ਬਹੁਤ ਸੋਹਣੇ ਲੱਗਦੇ ਪਏ ਕੋਈ ਸ਼ੇਵ ਸ਼ੂਵ ਕਰਾਈ ਹੈਗੀ ਆ ਨਹੀਂ ਅੱਜ ਨਹੀਂ ਕਰਾਈ ਪਰਸੋਂ ਕਰਾਈ ਹੈਗੀ ਪਰਸੋਂ ਸਾਡੇ ਬਾਬਾ ਜੀ ਨੇ ਘਰ ਜਾਣਾ ਸੀ ਛੁੱਟੀ ਅੱਲਾ ਮੁਹੰਮਦ ਅਲ
حي على الفلاح.